जिस दिन भगवंत मान पंजाब के लोगों का एक भी रुपया खा गया, समझ लो रुपया नहीं सी, वो सल्फास की गोली सी। कल मैंने पत्रकार ने पूछा, कहते जी अकाली दल के पोस्टर से सुखबीर बादल की फोटो नहीं हैगी। मैं शुक्र है पोस्टर तो है अजय, अगली बार पोस्टर भी नहीं छपने। लाल थैली जो थोड़ी सरकार बन गई सानू तंग ना करो, फिर दूजे को जाना आ लै भरावा तू, जे तेरी बन गई तू तंग ना करी लै। दसो सरकार तंग करने वास्ते बन दिया होंदिया ने, सरकार सहूलत देने वास्ते बन दिया होंदिया ने। संगरूर दे विच ते बरनाले च अकाली दल वाले शाम नूं 5 बजे कुंडे बंद कर लैंदे सी, कहिंदे कितें सुखबीर बादल टिकट ना सिट जाए अंदर। आ हालत है इहनां दी, साडे घरे आ गए इक दिन कहिंदे जी बिना बिना टाइम ले आ गए, ते नारे की ला रहे सी धर्म सो तेरी सोच ते पैरा दियांगे ठोक के। मैं बहुत अच्छी सोच है भाई, फिर की नारे ला रहे सी साडे हक इत्थे रख। मैं कहा रिश्वत करना हक है कांग्रेस का। मैं लिखता ट्वीट ते, मैं कहा अज पंजाब की बची खुची कांग्रेस आई सी। कहिंदे जी बची खुची क्यों गया? मैं कहा थोड़ा की पता कदों चार पांच, हर एवरेज 4-5 की जाती है। चलो जी बीजेपी ने जिसे कोई केस पूछा चलो बीजेपी वाले पास चलो, केस चले ने लुट्टी जाते हैं। दसो लुट्टी जाते हैं जेड़ा मुंडा सरपंच होंदे हुए पंचायत की 23 किले जमीन छड़ा सकता है, जे उन्हूं आपां देश की सब तो वड्डी पंचायत लोग सभा च भेजता तो वह की करूगा, ये तुसीं अंदाजा ला सकते हो। 10 हो गए हुण अपने राजसभा च, 10 एक हुण होजू 11, दो साल बाद 13 होर होणगे। भगवंत मान ने अपने संबोधन च कहा पंजाब दे लोकां लई आम आदमी पार्टी दी सरकार वल्लों अनेकां तरहां दे काम कीते जा रहे ने। ਉਹਨਾਂ ਕਿਹਾ ਕਿ ਹੁਣ ਤੱਕ ਸਰਕਾਰ ਕਈ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾ ਚੁੱਕੀ ਹੈ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਵੀ ਸੌਖਾ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇੰਡਸਟਰੀ, ਖੇਤੀ, ਗਰੀਬਾਂ ਨਾਲ ਸੰਬੰਧਿਤ ਵੱਡੇ ਫੈਸਲੇ ਲਏ ਜਾਣਗੇ। 2014 'ਚ ਮਨੀਸ਼ ਜੀ ਮੈਨੂੰ ਹੱਥ ਬੰਨ ਕੇ ਫੋਟੋ ਖਿਚਾਉਣੀ ਪਈ ਪੋਸਟਰ 'ਤੇ, ਵੀ ਬੇਨਤੀ ਹੈ ਮੈਨੂੰ ਇੱਕ ਵਾਰੀ ਚੈੱਕ ਕਰ ਲਓ। ਨਾਲ ਮੈਂ ਇਹ ਵੀ ਕਹਿੰਦਾ ਸੀ ਫਿਰ ਕਿ ਜੇ ਅਗਲੀ ਵਾਰ ਪੋਸਟਰਾਂ 'ਤੇ ਫਿਰ ਹੱਥ ਬੰਨ ਕੇ ਫੋਟੋ ਲਾਉਣੀ ਪੈਗੀ ਨਾ, ਫਿਰ ਮੇਰੀ ਰਾਜਨੀਤੀ 'ਤੇ ਲੱਖ ਲਾਣ 'ਤੇ ਇਹਦਾ ਮਤਲਬ ਕੁਛ ਕੀਤਾ ਨਹੀਂ। ਅਗਲੀ ਵਾਰ ਫਿਰ ਐਂ ਖਿਚਾਈ ਸੀ, ਇੱਕ ਇੱਕ ਰੁਪਈਏ ਦਾ ਹਿਸਾਬ ਦਿੱਤਾ, ਇੱਕ ਇੱਕ ਰੁਪਈਏ ਦਾ ਹਿਸਾਬ ਦਿੱਤਾ ਜਿੰਨੇ ਕੁ ਹੁੰਦੇ ਸੀ। 25 ਕਰੋੜ ਰੁਪਈਆ ਸਾਲ ਦਾ ਮਿਲਦਾ ਸੀ, ਅਸੀਂ 26 ਕਰੋੜ 61 ਲੱਖ ਵੰਡਿਆ। ਤੁਸੀਂ ਕਹੋਗੇ 25 ਕਰੋੜ ਮਿਲਿਆ ਤਾਂ 26 ਕਰੋੜ 61 ਲੱਖ ਕਿਵੇਂ? 60 ਲੱਖ ਤਾਂ ਬਜਿੰਦਰ ਸਿੰਗਲਾ ਛੱਡ ਗਿਆ ਸੀ, ਵਰਤਿਆ ਨਹੀਂ ਸੀ ਉਹਨੇ, ਉਹ ਫਿਰ ਦੂਜੇ MP ਨੂੰ ਆ ਜਾਂਦਾ। 1 ਕਰੋੜ 1 ਲੱਖ ਰੁਪਈਆ ਜਦੋਂ ਕਿਤੇ ਚੋਣ ਜਾਬਤਾ ਲੱਗ ਜਾਂਦਾ ਜਿਵੇਂ ਹੁਣ ਲੱਗਿਆ ਹੋਇਆ ਤਾਂ ਪੈਸਾ ਰੁਕ ਜਾਂਦਾ, ਜਾਂ ਪੰਚਾਇਤੀ ਚੋਣਾਂ ਆ ਗਈਆਂ, ਮਿਊਂਸੀਪਲ ਕਾਰਪੋਰੇਸ਼ਨ ਆ ਗਈ ਤਾਂ ਤੁਸੀਂ ਉਦੋਂ ਵੰਡ ਪੈਸਾ ਨਹੀਂ ਵੰਡ ਸਕਦੇ, ਉਹ ਬੈਂਕ ਦੇ ਵਿੱਚ ਪਿਆ ਰਹਿੰਦਾ ਉਹਦਾ ਵਿਆਜ। 1 ਕਰੋੜ 1 ਲੱਖ ਰੁਪਈਆ ਉਹਦਾ ਵਿਆਜ ਸੀ, 60 ਲੱਖ ਰੁਪਈਆ ਹੋ ਗਿਆ, ਸੋ 26 ਕਰੋੜ 61 ਲੱਖ ਹੋ ਗਿਆ। ਮੈਂ ਕਿਹਾ ਜੇ 25 ਕਰੋੜ ਲੋਕਾਂ ਦਾ ਤਾਂ ਉਹ 'ਤੇ ਜਿਹੜਾ 1 ਕਰੋੜ 1 ਲੱਖ ਦਾ ਵਿਆਜ ਹੈ ਉਹ ਵੀ ਲੋਕਾਂ ਦਾ, ਉਹ ਵੀ ਆਪਾਂ ਲੋਕਾਂ ਨੂੰ ਵੰਡਣਾ। ਆਹ ਫਰਕ ਹੈ ਬਸ। CCTV ਕੈਮਰੇ ਲੱਗੇ ਹੋਏ ਨੇ ਸੁਨਾਮ, ਖਨੌਰੀ, ਭਵਾਨੀਗੜ੍ਹ, ਧੂਰੀ, ਬਰਨਾਲਾ, CCTV ਕੈਮਰੇ ਨੇ, ਕੈਮਰੇ ਵੀ 5 ਮੈਗਾਪਿਕਸਲ ਨੇ, ਕੋਡਲੈਸ ਨੇ, ਵਾਈਫਾਈ ਤੇ ਚੱਲਦੇ ਨੇ, ਕੀੜੀ ਤੁਰਦੀ ਵੀ ਦਿਖਾ ਦੇਣਗੇ, ਕੀੜੀ ਤੁਰਦੀ। ਸੰਗਰੂਰ 'ਚ ਕਹਿੰਦੇ ਜੀ ਲੱਗੇ ਹੋਏ ਨੇ, ਮੈਂ ਕਿਹਾ ਅੱਛਾ, ਕਹਿੰਦੇ ਕਿਹਨੇ ਲਵਾਏ ਨੇ? ਕਹਿੰਦੇ ਕਾਂਗਰਸ ਵੇਲੇ ਸਿੰਗਲਾ ਸਾਹਿਬ ਨੇ ਲਵਾਏ ਸੀ। ਮੈਂ ਸੰਗਰੂਰ ਵਾਲਿਆਂ ਦਾ ਕੁਆਲਿਟੀ ਚੈੱਕ ਕੀਤੀ, ਮੋਨੀਟਰ ਜਿੱਥੇ ਹੈਗਾ ਉਹਦੇ, ਮੈਂ ਤਾਂ ਕਹਿੰਦਾ ਕਿ ਕੀੜੀ ਵੀ ਤੁਰਦੀ ਦਿਖਾ ਦੇਣਗੇ ਆਪਣੇ ਵਾਲੇ ਕੈਮਰੇ। ਉਸ ਕੈਮਰੇ ਮੂਹਰੇ ਭਾਵੇਂ ਕੋਈ ਭੰਗੜਾ ਪਾ ਕੇ ਚਲੇ ਜਾਵੇ ਤਾਂ ਵੀ ਨਹੀਂ ਪਛਾਣਿਆ ਜਾਂਦਾ, ਇਹੋ ਜਿਹੀ ਕੁਆਲਿਟੀ ਹੈ ਉਹਨਾਂ ਦੀ। ਹਰ ਗੱਲ 'ਚੋਂ ਪੈਸਾ ਖਾਂਦੇ, ਹਰ ਗੱਲ 'ਚੋਂ, ਸੋਚ ਵੀ ਨਹੀਂ ਸਕਦੇ ਤੁਸੀਂ ਕਿੱਥੋਂ ਕਿੱਥੋਂ ਖਾਂਦੇ ਹੈ।
ਅਜਿਹੀਆਂ ਫਾਈਲਾਂ ਮੇਰੇ ਕੋਲ ਆਉਂਦੀਆਂ ਨੇ, ਮੈਨੂੰ ਲੱਗਦਾ ਵੀ ਲੋਕਾਂ ਦੇ ਖੂਨ ਨਾਲ ਲਿਖੀਆਂ ਹੋਈਆਂ ਨੇ। ਕਿਹੜਾ ਵਰਗ ਹੈ ਜਿਹੜਾ ਦੁਖੀ ਨਹੀਂ ਹੈਗਾ? ਵਪਾਰੀ ਹੈ, ਟੈਕਸ ਦਿੰਦਾ, ਵਪਾਰੀ ਹੈ, ਲੋਕਾਂ ਨੂੰ ਰੁਜ਼ਗਾਰ ਦਿੰਦਾ, ਮਿਹਨਤ ਕਰਦਾ ਆਪ, ਉਹਨੂੰ ਕਹਿੰਦੇ ਨੇ ਚੋਰ ਹੈ, ਚੋਰ ਕਹਿੰਦੇ ਨੇ ਉਹਨੂੰ ਚੋਰ ਹੈ। ਲਾਲ ਥੈਲੀਆਂ, ਵੋਟਾਂ ਵਾਲੇ ਦਿਨਾਂ ਚ ਲਾਲ ਥੈਲੀਆਂ ਭਰ ਕੇ ਵਪਾਰੀ ਨੂੰ ਕਿਉਂ ਜਾਣਾ ਪੈਂਦਾ ਸੀ ਦੋਨੇ ਪਾਰਟੀਆਂ ਕੋਲੇ? ਐਂ ਥੋੜੀ ਸੀਗਾ ਵੀ ਤੁਹਾਡੀ ਬਹੁਤ ਵਧੀਆ ਪਾਰਟੀ ਹੈ ਜੀ, ਆਹ ਲਓ ਥੋੜਾ ਜਿਹਾ ਤੁਹਾਡੇ ਖਰਚਾ ਹੋ ਜੂਗਾ, ਆਹ ਮੇਰੇ ਵੱਲੋਂ ਥੋੜੀ ਜਿਹੀ ਭੇਟਾ ਲੈ ਲਓ ਨਾ। ਉਹ ਐਂ ਕਹਿਣ ਜਾਂਦੇ ਸੀ ਉਹਨਾਂ ਨੂੰ, ਆਹ ਲਓ ਜੀ ਲਾਲ ਥੈਲੀ, ਜੇ ਤੁਹਾਡੀ ਸਰਕਾਰ ਬਣ ਗਈ ਸਾਨੂੰ ਤੰਗ ਨਾ ਕਰਿਓ। ਫਿਰ ਦੂਜੇ ਕੋਲ ਜਾਣਾ, ਆ ਲੈ ਭਰਾਵਾ ਤੂੰ ਜੇ ਤੇਰੀ ਬਣ ਗਈ ਤੂੰ ਤੰਗ ਨਾ ਕਰੀ। ਲੈ ਦੱਸੋ, ਸਰਕਾਰਾਂ ਤੰਗ ਕਰਨ ਵਾਸਤੇ ਬਣਦੀਆਂ ਹੁੰਦੀਆਂ ਨੇ? ਸਰਕਾਰਾਂ ਸਹੂਲਤਾਂ ਦੇਣ ਵਾਸਤੇ ਬਣਦੀਆਂ ਹੁੰਦੀਆਂ ਨੇ? ਸੋ ਵੀਰੋ, ਇੱਕ ਗੱਲ ਦੀ ਮੈਂ ਗਰੰਟੀ ਲੈਂਦਾ, ਇਹ ਗੱਲ ਕਹਿਣੀ ਸੌਖੀ ਨਹੀਂ, ਇਹਦੇ ਵਾਸਤੇ ਜਿਗਰਾ ਚਾਹੀਦਾ, ਪਰ ਪਰਮਾਤਮਾ ਨੇ ਮੈਨੂੰ ਸਮੱਤ ਬਖਸ਼ੀ ਹੈ, ਮੈਨੂੰ ਇਸ ਗੱਲ ਦਾ ਪਤਾ, ਆਪਣੇ ਆਪ 'ਤੇ ਭਰੋਸਾ ਹੈ। ਜਿਸ ਦਿਨ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਇੱਕ ਵੀ ਰੁਪਈਆ ਖਾ ਗਿਆ, ਸਮਝ ਲਓ ਰੁਪਈਆ ਨਹੀਂ ਸੀ, ਉਹ ਸਲਫਾਸ ਦੀ ਗੋਲੀ ਸੀ ਬਸ। ਜਿਹੜਾ ਪਿਆਰ ਤੁਸੀਂ ਦੇਈ ਜਾਂਦੇ ਹੋ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਹੈ? ਕੀ ਕਰ ਲਾਂਗੇ? ਆਹ ਜਿਹੜੇ ਲੁੱਟੀ ਜਾਂਦੇ ਆ ਲੋਕਾਂ ਨੂੰ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿੰਨੇ ਮਰਜ਼ੀ ਇਕੱਠੇ ਕਰ ਲਓ ਪੈਸੇ, ਹੀਰੇ, ਮੋਤੀ, ਮਗਰ ਖਿਆਲ ਇਤਨਾ ਰਹੇ ਕਫਨ ਪੇ ਜੇਬ ਨਹੀਂ ਹੋਤੀ, ਸਭ ਕੁਛ ਇੱਥੇ ਰਹਿ ਜਾਂਦਾ। ਤੁਸੀਂ ਗਰੀਬਾਂ ਦੇ ਹੱਕ ਨਾ ਮਾਰੋ, ਲੋਕਾਂ ਨੂੰ ਲੁੱਟੋ ਨਾ। ਅੱਛਾ ਹੁਣ ਕਿਹੜੇ ਕੰਮ 'ਤੇ ਲੱਗੇ ਨੇ? ਨਹੀਂ ਜੀ, ਅਸੀਂ ਬੱਸਾਂ ਚਲਾਤੀਆਂ ਏਅਰਪੋਰਟ ਨੂੰ, 1100-1200 ਰੁਪਏ ਵੋਲਵੋ ਬੱਸਾਂ ਚਲਾਤੀਆਂ PRTC ਦੀ। ਕਾਂਗਰਸ ਵਾਲੇ ਉਹਨਾਂ ਕੋਲ ਪੱਤਰਕਾਰ ਗਏ, ਕੀ ਕਹਿਣਾ ਚਾਹੋਗੇ? ਨਹੀਂ ਤਾਂ ਹੁਣ 3 ਮਹੀਨੇ ਬਹੁਤ ਚਲਾਈਆਂ ਨੇ, ਮਹੀਨਾ ਪਹਿਲਾਂ ਕਿਉਂ ਨਹੀਂ ਚਲਾਈਆਂ? ਲੈ ਅਤੇ ਤੁਸੀਂ 10 ਸਾਲਾਂ 'ਚ ਕੀ ਕਿਹੜੀਆਂ ਬੱਸਾਂ ਚਲਾਤੀਆਂ? ਤੁਸੀਂ ਤਾਂ ਖੋਹ ਲਈਆਂ ਲੋਕਾਂ ਦੀਆਂ, ਜਿਹੜੀਆਂ ਮਿੰਨੀਆਂ ਮੁੰਨੀਆਂ ਸੀ ਸਾਰੀਆਂ ਲੈ ਕੇ ਖੋ ਕੇ। ਸੋ ਇੰਨੇ ਬੁਖੜਾਏ ਹੋਏ ਨੇ। ਤੁਸੀਂ ਇਹ ਦੇਖ ਲਓ, ਕੱਲ੍ਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ, ਕਹਿੰਦੇ ਜੀ ਅਕਾਲੀ ਦਲ ਦੇ ਪੋਸਟਰ 'ਤੇ ਸੁਖਬੀਰ ਬਾਦਲ ਦੀ ਫੋਟੋ ਨਹੀਂ ਹੈਗੀ। ਮੈਂ ਕਿਹਾ ਸ਼ੁਕਰ ਹੈ ਪੋਸਟਰ ਤਾਂ ਹੈਗੇ ਨੇ, ਅਜੇ ਅਗਲੀ ਵਾਰ ਪੋਸਟਰ ਵੀ ਨਹੀਂ ਛਾਪਣੇ ਇਹਨਾਂ ਦਾ। ਦੇਖ ਲਓ ਆਹ ਹਾਲਤ ਹੈ, ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ, ਉਮੀਦਵਾਰ ਨਹੀਂ ਲੱਭ ਰਿਹਾ, ਸਾਰੇ ਜਵਾਬ ਦੇ ਗਏ ਅਕਾਲੀ ਦਲ ਵਾਲੇ। ਮਨੀਸ਼ ਜੀ, ਪਿਛਲੇ 1 ਮਹੀਨੇ ਤੋਂ ਜਦੋਂ ਦਾ ਪ੍ਰੋਸੈਸ ਚੱਲਿਆ ਪੰਜਾਬ ਦੇ ਵਿੱਚ, ਸੰਗਰੂਰ ਦੇ ਵਿੱਚ ਅਤੇ ਬਰਨਾਲੇ 'ਚ, ਅਕਾਲੀ ਦਲ ਵਾਲੇ ਸ਼ਾਮ ਨੂੰ 5 ਵਜੇ ਕੁੰਡੇ ਬੰਦ ਕਰ ਲੈਂਦੇ ਸੀ, ਕਹਿੰਦੇ ਕਿਤੇ ਸੁਖਬੀਰ ਬਾਦਲ ਟਿਕਟ ਨਾ ਸਿੱਟ ਜੇ ਅੰਦਰ। ਆਹ ਹਾਲਤ ਹੈ ਇਹਨਾਂ ਦੀ, 25 ਸਾਲ। ਵਕਤ ਤੋਂ ਡਰਨਾ ਚਾਹੀਦਾ, ਵਕਤ ਬਹੁਤ ਵੱਡੀ ਚੀਜ਼ ਹੈ। ਇਹ ਭਿਖਾਰੀਆਂ ਦੇ ਸਿਰ 'ਤੇ ਤਾਜ ਟਿਕਾ ਦਿੰਦਾ ਵਕਤ, ਭਿਖਾਰੀਆਂ ਦੇ ਸਿਰ 'ਤੇ ਤਾਜ ਟਿਕਾ ਦਿੰਦਾ ਵਕਤ, ਰਾਜਿਆਂ ਨੂੰ ਭੀਖ ਮੰਗਣ ਲਾ ਦਿੰਦਾ ਵਕਤ। ਵਕਤ ਬਹੁਤ ਵੱਡੀ ਚੀਜ਼, ਹੰਕਾਰ ਨਹੀਂ ਕਰਨਾ ਚਾਹੀਦਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਾਂ। ਸੋ ਵੀਰੋ, ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਾਈਨ ਅਪ ਨੇ। 24 ਤਰੀਕ ਤੋਂ ਬਜਟ ਸੈਸ਼ਨ ਹੈ, ਇੰਡਸਟਰੀ ਵਾਸਤੇ ਬਹੁਤ ਕੁਛ ਰੱਖਿਆ ਗਿਆ। ਮੈਂ ਹਰ ਰੋਜ਼ ਇੰਡਸਟਰੀ ਵਾਲਿਆਂ ਨੂੰ ਮਿਲਦਾ, ਚਾਹੇ ਉਹ ਹੈ ਮੱਧਮ ਵਰਗ ਵਾਲੇ ਨੇ, ਚਾਹੇ ਵੱਡੇ ਨੇ, ਚਾਹੇ ਛੋਟੇ ਨੇ, ਕਿਉਂਕਿ ਜਿੱਥੇ ਸਮੱਸਿਆ ਉੱਥੇ ਹੱਲ ਹੈ। ਜੋ ਤੁਸੀਂ ਦੱਸ ਸਕਦੇ ਹੋ ਉਹ ਹੋਰ ਕੋਈ ਨਹੀਂ ਦੱਸ ਸਕਦਾ। ਸੋ ਸੰਗਰੂਰ ਨੂੰ ਵੀ ਇੰਡਸਟਰੀਅਲ ਹੱਬ ਬਣਾਵਾਂਗੇ, ਤੁਸੀਂ ਕੰਮ ਦਿਓ ਮੁੰਡੇ ਕੁੜੀਆਂ ਨੂੰ, ਮੇਰੇ ਲਈ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ। ਕਿਉਂਕਿ ਜੇ ਇੰਡਸਟਰੀ ਆਊਗੀ ਤਾਂ ਰੁਜ਼ਗਾਰ ਵਧੂਗਾ, ਤਾਂ ਰੁਜ਼ਗਾਰ 'ਤੇ ਮੁੰਡੇ ਕੁੜੀਆਂ ਹਰ ਰੋਜ਼ ਕੰਮ 'ਤੇ ਜਾਇਆ ਕਰਨਗੇ, ਮਨ ਨਹੀਂ ਭਟਕੂਗਾ ਇੱਧਰ ਉੱਧਰ ਕਿਤੇ ਨਸ਼ਿਆਂ ਵਾਲੇ ਪਾਸੇ ਜਾਂ ਇੱਧਰ। ਸੋ ਮੈਂ ਤੁਹਾਨੂੰ ਇਹ ਕਹਿਣਾ ਆਇਆ, ਦੂਜੇ ਪਾਸੇ ਕੌਣ ਨੇ? ਇੱਕ ਉਹ ਕੇਵਲ ਢਿੱਲੋਂ, ਮੈਂ ਉਹਨੂੰ ਕਿਹਾ ਕਾਂਗਰਸ ਵਾਲੀ ਜੈਕਟ ਤਾਂ ਬਦਲ ਲੈਂਦਾ, ਪਿਛਲੇ ਸਾਲ ਵਾਲੀ ਜੈਕਟ ਚੱਕਤੀ, ਐਤਕੀ BJP ਵੱਲੋਂ ਹੈ ਜੀ,
कदे किधरों कदे किधरों कोई है स्टैंड। दूजियां दे मोटरसाइकल वाला हाल है, जिधर मर्जी टेढ़ा कर दो उधर नूं खड़े जांदे ने, कोई स्टैंड नहीं उन्हां दा। ते दूजे पासे कांग्रेस है, साडे घरे आ गए एक दिन लै कहिंदे जी बिना बिना टाइम ले आ गए, ते नारे की ला रहे सी धर्म सोच तेरी सोच ते पैरा देंगे ठोक के। मैं बहुत अच्छी सोच है भाई। फिर की नारे ला रहे सी साढ़े हक इत्थे रख। मैं कह रिश्वत करना हक है कांग्रेस का? दस वो मैं लिखता ट्वीट ते, मैं कह अज पंजाब दी बची खुची कांग्रेस आई सी। कहिंदे जी बची खुची क्यों कहा? मैं कह थोड़ा की पता कदों चार पांच, हर एवरेज चार पांच दी जांदी है। चलो जी बीजेपी नूं जीते कोई केस कूस है, चलो बीजेपी वाले पासे चलिए। आ कांग्रेस सुबीरो उन्हां ते यकीन ना करियो। कई धर्मां दे नां ते जां जातां दे नां ते वोटां मंग रहे ने। आपां प्यार दे नाल स्कूलां दे नां ते, हस्पतालां दे नां ते, बिजली दे नां ते, इंफ्रास्ट्रक्चर दे नां ते, इंडस्ट्री दे नां ते, हेल्थ दे नां ते असी तरक्कियां दे नां ते वोटां मंगांगे। मैनू उम्मीद है तुसी मेरा दिल नहीं तोड़ोगे, क्योंकि जदों भी संगरूर वाले नूं मैं आवाज मारी है तो तिगणा चौगणा प्यार उन्होंने वापस मोड़िया। सो मैं इन्ना मैं तुहानूं दस दिंदा कि सरकार थोड़ी है, माण हुंदा होऊ तुहानूं कि सरकार संगरूर वालों की है, क्योंकि जब तक बठिंडे वालों की हो जाती सी जां पटियाले वालों की होंदी बचाले रह जाते सी आपां। सो हुण लोगों ने बहुत वड्डी जिम्मेदारी दित्ती है, तुहाडे सहयोग बिना मैं कुछ भी नहीं हैगा। मैनू सजैशन दिंदे रहो, मैनू तुहाडियां सलाहां मशवरियां की लोड़ है। मैनू जदों मर्जी मोढे तो फड़ के खड़ा लियो, मैं तो उदां दा ही हाँ, मैं नहीं बदलना। मैं कल इधर दिड़बे वाले पासे सी, कुछ मावां वो कखां नूं जांदियां सी, दाती सी उन्हां कोले, सारियां कोले दातियां सी। उन्हूं पता लग गया, क्योंकि एक गलों तो पछाण आ जाती है हुण कि बड़े बड़े सरियां जिहे वाली गड्डी जिहड़ी है ना वो मुख्यमंत्री दी होंदी है, ये पता लग गया उन्होंने। क्योंकि पहले तो कदे देखी नहीं सी उन्होंने, पता ही नहीं पता इधर बड़े ही नहीं ना, तो उन्होंने पता लग गया उन्हें दाती ऐ कहती मेरी कार दे मुंडे दाती दाती। मैं गड्डी रोक ली, हाँ जी बेबे, मैं कह वो कहिंदी नरेगा की आ प्रॉब्लम है, नरेगा च काम नहीं मिलता पुत ऐ। तो बाद च फोटो खिचाउण लग गए, मैं उन्होंने पूछा कदे पहला ऐ दाती मूहरे करके कोई मुख्यमंत्री रोकया? वो कहती कितों पुत, हूँ तो चाके ठाणे होंदे असी, इन्ना टाइम कितने लाते हैं। सो वीरो असी लोगों द्वारा दिती हुई ताकत लोगों लई वरत रहे हाँ, लोगों उत्ते नहीं वरतांगे, ये मेरी गरंटी है। हुण फौज की गल की मनीष जी ने, हुण दसो किहड़ा कानून कढ़िया बई अग्निपथ की है वो? उस कहिंदे वी 17 साल के मुंडे आ जाओ असीं तुहानूं ट्रेनिंग देवांगे, 21 साल ते रिटायर हो जाओगे तुसीं। मतलब 21 साल का नौजवान सबका सैनिक बन के आ जाऊगा, उदू बाद की करूगा वो? आप 90-90 साल के 94-94 साल के इलैक्शन लड़ी जाते हैं, धियां पुत्तां नूं साडिआं नूं कहिंदे ने तुसीं 21 साल से रिटायर चलो करें। बहुत ज्यादा नौजवानों च रोस पाया जा रहा है। मैं भी प्रधानमंत्री जी नूं चिट्ठी लिखूंगा कि तुसीं यह फैसला वापस लो, क्योंकि जिन्हें देश वास्ते जनून नाल काम करना है उन्हूं देशभगती उन्हूं देश की सेवा का मौका दिओ। उन्हूं कोई पेंशन नहीं कहिंदे, 3-4 साल ला के तुसीं चले जाइओ बस। तो उन्हूं देश की सेवा करन दा मौका मिलना चाहिए, फिर पेंशन मिलनी चाहिए है। जिवें पहला मिलटरी नूं सहूलत मिलदियां ने कंटीन चो सारियां मिलनियां चाहिए ने, पर नहीं, ये हुण फौज भी किराए ते फौज भी कॉन्ट्रैक्ट ते लिआंदी इन्हां ने। सो इस करके देश भगत लोग हाँ, तिरंगे नूं प्यार करन वाले हाँ, और आ जिहड़ा रौला पाउंदे ने इह लॉ एंड ऑर्डर दा,
ਇਹ ਜਿਹੜੇ ਗੈਂਗਸਟਰ ਨੇ ਇਹ ਮੈਂ ਤਾਂ ਨਾਲ ਲੈ ਕੇ ਨਹੀਂ ਆਇਆ ਨਾ, ਪੈਦਾ ਕਿਹਨੇ ਕੀਤੇ ਹੋਏ ਨੇ, ਇਹ ਇਹਨਾਂ ਨੇ ਕੀਤੇ ਹੋਏ ਨੇ। ਨੌਜਵਾਨ ਮੁੰਡਿਆਂ ਨੂੰ ਭੜਕਾਇਆ, ਫਿਰ ਉਹਨਾਂ ਤੋਂ ਕੰਮ ਲਿਆ ਵੋਟਾਂ ਵੇਲੇ, ਮੁੜ ਕੇ ਛੱਡਤੇ। ਫਿਰ ਉਹ ਆਪਸ 'ਚ ਲੜੀ ਜਾਂਦੇ ਨੇ, ਹੁਣ ਹੈਗੇ ਤਾਂ ਧੀਆਂ ਪੁੱਤ ਆਪਣੇ ਨੇ ਉਹ ਵੀ। ਅਸੀਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦੇ ਹਾਂ ਕਿ ਪੰਜਾਬ ਦੀ ਲਾਅ ਐਂਡ ਆਰਡਰ 'ਤੇ ਕੋਈ ਸਮਝੌਤਾ ਨਹੀਂ ਹੋਊਗਾ। ਜਿਹੜਾ ਸਮਾਜ ਵਿਰੋਧੀ ਅਨਸਰ, ਕੋਈ ਸਮਾਜ ਵਿਰੋਧੀ ਹਰਕਤ ਕਰਨ ਦੀ ਕੋਸ਼ਿਸ਼ ਕਰੂਗਾ, ਸਖ਼ਤ ਤੋਂ ਸਖ਼ਤ ਕਾਰਵਾਈ ਹੋਊਗੀ, ਸਫਾਈ ਹੋਊਗੀ ਸਾਰੀ। ਅਸੀਂ ਪੰਜਾਬੀ ਹਾਂ, ਅਸੀਂ ਪਿਆਰ ਮੁਹੱਬਤ ਨਾਲ, ਸਾਡੇ ਭਾਈਚਾਰਾ, ਸਾਡੀ ਸੋਸ਼ਲ ਬੌਂਡਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੈ। ਬਹੁਤ ਸਾਰਿਆਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਨਹੀਂ ਟੁੱਟੇ। ਸੋ ਇਸ ਕਰਕੇ ਆਪਾਂ ਇਕੱਠੇ ਰਹਿਣਾ, ਏਕਾ ਰੱਖਣਾ। ਗੁਰਮੇਲ ਸਰਪੰਚ ਘਰਾਚੋਂ ਦਾ ਯੰਗ ਮੁੰਡਾ 38 ਸਾਲ ਦਾ, ਅੱਜ ਉਹ ਪਿੰਡਾਂ 'ਚ ਗਿਆ ਹੋਇਆ, ਦੂਜੇ ਪਾਸੇ ਬਰਨਾਲੇ ਦੇ ਪਿੰਡਾਂ 'ਚ, ਅਤੇ 23 ਕਿੱਲੇ ਜ਼ਮੀਨ ਆ PGI ਕੋਲ, PGI ਦੇ ਬੈਕ ਸਾਈਡ 'ਤੇ ਨਾ, 23 ਕਿੱਲੇ ਜ਼ਮੀਨ ਘਰਾਚੋਂ ਪਿੰਡ ਦੀ ਪੰਚਾਇਤ ਦੀ ਜ਼ਮੀਨ ਸੀ। ਆਪਣੇ ਜਿਹੜੇ ਸਾਬਕਾ ਮੰਤਰੀ ਸਾਹਿਬ ਰਾਤੋ ਰਾਤ ਇੰਤਕਾਲ ਕਰਾ ਲਿਆ ਕਿ ਮੈਡੀਕਲ ਕਾਲਜ ਬਣੂਗਾ। ਅਸੀਂ ਪਤਾ ਕੀਤਾ ਵੀ ਸਰਕਾਰੀ ਹੈ, ਕਹਿੰਦੇ ਨਹੀਂ PPP ਮੋੜ 'ਚ ਹੈ, ਕੋਈ ਰਿਸ਼ਤੇਦਾਰ ਹੈ ਅਮਰੀਕਾ ਤੋਂ, ਡਾਕਟਰੀ ਕਰਕੇ ਆਇਆ ਉਹਦਾ। ਉਹ ਵੀ PPP ਮੋੜ ਵਾਲੀ ਜ਼ਮੀਨ ਕਿਉਂ ਦਈ ਹੈ, ਵੀ ਸਰਕਾਰ ਦੀ ਲੋਕਾਂ ਦੀ ਜ਼ਮੀਨ ਹੈ। ਸਰਪੰਚ ਗੁਰਮੇਲ ਸੀ, ਗੁਰਮੇਲ ਨੂੰ ਕਿਹਾ, ਮੇਰੇ ਕੋਲ ਆਇਆ, ਕਹਿੰਦਾ ਜੀ ਜ਼ਮੀਨ ਖੋਹ ਕੇ ਲੈ ਗਏ। ਮੈਂ ਗ੍ਰਾਮ ਸਭਾ ਬੁਲਾਓ, ਗ੍ਰਾਮ ਸਭਾ ਬੁਲਾਈ, ਗ੍ਰਾਮ ਸਭਾ ਦੇ ਵਿੱਚ ਮਤਾ ਪਾਇਆ ਕਿ ਅਸੀਂ ਨਹੀਂ ਦਿੰਦੇ, ਅਸੀਂ ਜ਼ਮੀਨ ਨਹੀਂ ਦੇਣੀ। ਇਹ ਮਤਾ ਪਾ ਕੇ ਹਾਈ ਕੋਰਟ 'ਚ ਕੇਸ ਕੀਤਾ, 3 ਮਹੀਨਿਆਂ ਦੇ ਵਿੱਚ ਇੰਤਕਾਲ ਕੈਂਸਲ ਕਰਾ ਕੇ 23 ਕਿੱਲੇ ਜ਼ਮੀਨ ਵਾਪਸ ਲਏ। ਕੇਸ ਚੱਲੇ ਨੇ, ਅਸੀਂ ਲੁੱਟੀ ਜਾਂਦੇ ਆ, ਦੱਸੋ ਅਸੀਂ ਲੁੱਟੀ ਜਾਂਦੇ ਆ। ਜਿਹੜਾ ਮੁੰਡਾ ਸਰਪੰਚ ਹੁੰਦੇ ਹੋਏ ਪੰਚਾਇਤ ਦੀ 23 ਕਿੱਲੇ ਜ਼ਮੀਨ ਛੜਾ ਸਕਦਾ, ਜੇ ਉਹਨੂੰ ਆਪਾਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ 'ਚ ਭੇਜਤਾ ਤਾਂ ਉਹ ਕੀ ਕਰੂਗਾ, ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਬਾਕੀ ਮੈਂ ਦੱਸੂੰ ਉਹਨੂੰ, ਮੇਰੇ ਕੋਲ ਸਾਰੇ ਪਾਸਵਰਡ ਨੇ, ਬਾਕੀ ਮੈਂ ਦੱਸੂੰ ਵੀ ਐਂ ਕਰਨਾ ਕਰ, ਡਰੀ ਦਾ ਨਹੀਂ ਹੁੰਦਾ, ਤੂੰ ਕਹਿ ਦਿਆ ਕਰ, ਮੈਂ ਤਾਂ ਬੋਲੂੰਗਾ। ਸੋ ਵੀਰੋ, ਉੱਥੇ ਬੋਲਣ ਵਾਸਤੇ ਭੇਜੋਗੇ ਤੁਸੀਂ, ਉੱਥੇ ਸੌਣ ਵਾਸਤੇ ਨਹੀਂ ਭੇਜਣੇ। 10 ਹੋ ਗਏ ਹੁਣ ਆਪਣੇ ਰਾਜ ਸਭਾ 'ਚ, 10 ਇੱਕ ਹੁਣ ਹੋਜੂ, 11 ਦੋ ਕੁ ਸਾਲਾਂ ਬਾਅਦ 13 ਹੋਰ ਹੋਣਗੇ, ਫਿਰ ਦੇਖੋ ਤੁਸੀਂ ਉੱਥੇ ਗਾਹ ਪੈਂਦਾ, ਫਿਰ ਦੇਖੋ ਤੁਸੀਂ ਪੰਜਾਬ ਕਿਵੇਂ ਗੂੰਜਦਾ ਉੱਥੇ। ਸੋ ਇਸ ਕਰਕੇ ਤੁਹਾਡੇ 'ਤੇ ਮਾਣ ਹੈ ਸੰਗਰੂਰ ਵਾਲਿਓ, ਲਵ ਯੂ ਆਲ, ਤੁਸੀਂ ਮੈਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਹੋ, ਮੇਰੇ ਕੋਲ ਕੋਈ ਲਫ਼ਜ਼ ਨਹੀਂ। ਜਦੋਂ ਆਪਾਂ ਰੋਟੀ ਖਾਂਦੇ ਹਾਂ ਸਵੇਰੇ ਸ਼ਾਮ, ਤਾਂ ਬੁਰਕੀ ਪਹਿਲੀ ਤੋੜ ਕੇ ਮੱਥੇ ਨਾਲ ਲਾਉਂਦੇ ਹਾਂ, ਪਰਮਾਤਮਾ ਰਿਜ਼ਕ ਬਖਸ਼ਦਾ ਰਹੀਂ, ਕਰਦੇ ਹਾਂ ਨਾ। ਬਿਲਕੁਲ ਉਸੇ ਤਰ੍ਹਾਂ ਜਦੋਂ ਮੈਂ ਕੋਈ ਫੈਸਲੇ 'ਤੇ ਸਾਈਨ ਕਰਦਾ, ਮੈਂ ਪੈੱਨ ਨੂੰ ਮੱਥੇ ਨਾਲ ਲਾਉਣਾ, ਪਰਮਾਤਮਾ ਕੋਈ ਲੋਕਾਂ ਦੇ ਵਿਰੋਧ 'ਚ ਨਾ ਫੈਸਲਾ ਕਰਾ ਲਈ, ਲੋਕਾਂ ਦੇ ਹੱਕ 'ਚ ਚਲਵਾਈ ਬਸ। ਸੋ ਮੀਰੋ, ਮੈਨੂੰ ਪਤਾ ਹੈ ਸਾਡੀ ਪਾਰਟੀ ਹੈ, ਸਾਡੇ ਕੋਲ ਪੈਸੇ ਪੂਸੇ ਤਾਂ ਹੈ ਨਹੀਂ, ਅਸੀਂ ਤਾਂ ਤੁਹਾਡੇ ਆਪ ਹੀ ਸਾਡਾ ਤੇਲ ਪਵਾਉਂਦੇ ਨੇ, ਆਪ ਹੀ ਪੋਸਟਰ ਲਾਉਂਦੇ ਨੇ। ਮੈਂ ਗੱਲ ਦੱਸਦਾ ਤੁਹਾਨੂੰ ਮਨੀਸ਼ ਜੀ, ਜਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ 19 'ਚ, ਤਾਂ ਇਹਨਾਂ ਨੇ ਅਕਾਲੀ ਦਲ ਨੇ ਕਿਹਾ ਹੋਇਆ ਸੀ ਪੈਟਰੋਲ ਪੰਪਾਂ ਵਾਲਿਆਂ ਨੂੰ ਕਿ ਜੇ ਕੋਈ ਮੁੰਡੇ ਦੇ ਤੱਕੜੀ ਵਾਲੀ ਝੰਡੀ ਲੱਗੇ ਹੋਏ ਮੋਟਰਸਾਈਕਲ 'ਤੇ, ਭਾਵਿਆਂ ਕੋਲੋਂ ਤੇਲ ਸਾਡੇ ਘਰੇ ਲਿਖ ਲਿਓ, ਬਾਅਦ 'ਚ ਕਰ ਲਾਂਗੇ। ਉਹ ਮੈਂ ਇੱਕ ਛੋਟੇ ਹਾਥੀ ਦੇ ਉੱਤੇ ਰੋਡ ਸ਼ੋਅ ਕਰਦਾ ਫਿਰਦਾ ਸੀ ਇੱਧਰ ਭਵਾਨੀਗੜ੍ਹ ਵਾਲੇ ਪਾਸੇ, ਇੱਕ ਮੁੰਡਾ ਮੋਟਰਸਾਈਕਲ 'ਤੇ ਗਿਆ ਪੈਟਰੋਲ ਪੰਪ 'ਤੇ, ਝੰਡੀ ਉਹਦੇ ਲੱਗੀ ਹੋਈ ਤੱਕੜੀ ਵਾਲੀ, ਤੇਲ ਪਵਾਇਆ ਬਾਹਰ ਨਿਕਲ ਗਿਆ, 1/2 ਕਿਲੋਮੀਟਰ ਜਾ ਕੇ ਇੱਧਰ ਉੱਧਰ ਦੇਖ ਕੇ ਤੱਕੜੀ ਵਾਲੀ ਝੰਡੀ ਲਾਹੀ, ਉਹ ਪਾ ਲਈ ਜੇਬ 'ਚ, ਇੱਧਰਲੇ ਪਾਸਿਓਂ ਝਾੜੂ ਵਾਲੀ ਝੰਡੀ ਕੱਢੀ ਲਾ ਲਈ। ਅਤੇ ਮੈਨੂੰ ਪਤਾ ਲੱਗ ਗਿਆ, ਮੈਂ ਕਿਉਂਕਿ ਉੱਚਾ ਸੀ ਨਾ, ਮੈਂ ਉੱਥੇ ਛੋਟੇ ਹਾਥੀ ਦੇ ਉੱਤੇ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਤੇਰੀ ਸਕੀਮ ਦਾ ਸਮਰਥਨ ਕਰਦਾ, ਕੋਈ ਐਸੀ ਗੱਲ ਨਹੀਂ, ਵਧੀਆ ਸਕੀਮ ਹੈ, ਪਰ ਜਿਹੜੀ ਹੁਣ ਇੱਧਰ ਪਾਈ ਹੋਈ ਹੈ
तकड़ी वाली परे मार बगा के कहना क्यों सुटा जी भाई जी कल नहीं पौना ऐ होया इन्हों का काम ऐ होंदा इन्हों का काम इन्होंने भी बहुत लुटे आपां नूं सो लोग भी हुण सियाणे हो गए मैनू उम्मीद है कि संगरूर वाले भगवंत मान का भी रिकॉर्ड गुरमेल तो तुड़वाउणगे बहुत बहुत थोड़ा धन्नवाद दोनों हथ उपर चाह के थोड़ा जा ठंडी हवा का बुला दे उत्तों मौसम भी ठीक है इनकलाब वंदे भारत माता की बोले सोनिहाल इसे नाल ही उन्हें कहा कि नौजवानों नूं देश दी सेवा करन दा मौका मिलना चाहिदा है अते पेंशन भी मिलनी चाहिदी है नाल ही उन्हें कहा कि पंजाब दे लॉ एंड ऑर्डर नाल किसी भी तरह का समझौता नहीं किया जाएगा जेड़ा भी व्यक्ति समाज विरोधी हरकत करन दी कोशिश करेगा उसते सख्त तो सख्त कार्रवाई की जाएगी सानू सारे नूं इकट्ठे रह के एका रखना चाहिदा ब्यूरो रिपोर्ट D5 चैनल पंजाबी गल करेंगे धरती हेठ डिग रहे पानी दे पद्धर दी की पंजाब वध रहा रेगिस्तान वल उन्नी जून दिन एतवार नूं वेखना ना भुलना D5 चैनल पंजाबी दी स्पेशल रिपोर्ट पंजाब ते पानी दा संकट जेकर तुसी अपनी कोई राय देना चाहुंदे हो तां तुसी साडे नाल जुड़ो सवेरे 8:30 बजे प्रोग्राम खबरां दा सिरा सवेरे 10 बजे प्रोग्राम लोक मंच दोपहर 2 बजे पॉलिटिकल बैटल आगे होएगी किसानां दी गल नवी खेती मशीनां बीजां ते बागां दी गल लेके चलांगे तुहानू रंगले पंजाब दे खेतां वल देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार शाम 6 बजे D5 चैनल पंजाबी ते की हुंदी है जमाबंदी किवें बनदी है वसीयत जमीन जायदाद दे हर मसले ते करांगे चर्चा देखना ना भुलना साडा खास प्रोग्राम नायब तहसीलदार.com